ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਚੋਰ ਗਰੋਹ ਦੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੋਸ਼ੀਆਂ ਪਾਸੋਂ ਚੋਰੀ ਦੇ 10 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੀ ਬਾਜ਼ਾਰ ਵਿੱਚ ਕੀਮਤ ਤਕਰੀਬਨ 5,50,000 ਰੁਪਏ ਬਣਦੀ ਹੈ। ਇਹਨਾਂ ਦੋਸ਼ੀਆਂ ਵਿੱਚ ਇੱਕ ਮੌਜੂਦਾ ਅਕਾਲੀ ਸਰਪੰਚ ਵੀ ਹੈ ਜਿਸ ਦੀ ਪਹਿਚਾਣ ਬਲਵਿੰਦਰ ਸਿੰਘ ਉਰਫ ਬਿੰਦਰ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਇਹਨਾਂ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੋਸ਼ੀ ਸਰਪੰਚ ਤੇ ਪਹਿਲਾਂ ਵੀ ਨਸ਼ੀਲੇ ਪਦਾਰਥ ਵੇਚਣ ਦੇ ਕਈ ਮਾਮਲੇ ਦਰਜ ਨੇ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਦੇ ਦੌਰਾਨ ਹੀ ਢੋਲੇਵਾ ਪਿੰਡ ਕੋਲੋਂ ਮੋਟਰਸਾਈਕਲ ਤੇ ਇਹ ਬੰਦੇ ਆ ਰਹੇ ਸੀਗੇ, ਜਦੋਂ ਇਹਨੂੰ ਰੋਕ ਕੇ ਚੈੱਕਅਪ ਕੀਤਾ ਤੇ ਇਹਨਾਂ ਦੇ ਜਿਹੜਾ ਮੋਟਰਸਾਈਕਲ ਸੀਗੇ ਉਹ ਚੋਰੀ ਦੇ ਨਿਕਲੇ, ਔਰ ਜਦੋਂ ਹੋਰ ਡੰਗਾਈ ਨਾਲ ਥੋੜ੍ਹੀ ਪੁੱਛਗਿੱਛ ਕੀਤੀ ਤੇ ਬਾਅਦ ਵਿੱਚ ਅਸੀਂ ਦਫਾ 27 ਦੇ ਵਿੱਚ ਇਹਨਾਂ ਕੋਲ ਹੋਰ ਰਿਕਵਰੀਆਂ ਕਰਾਈਆਂ। 10 ਮੋਟਰਸਾਈਕਲ ਔਰ ਇੱਕ ਇੱਕ ਗੱਡੀ ਹੈਗੀ ਆ ਉਹ ਸਕੂਟਰੀ।